ਹੈਲੋ ਦੋਸਤੋ, ਬੈਸ਼ ਫਿਊਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬ ਸੇਵਾ ਦਾ ਚੌਕੀਦਾਰ ਅਤੇ ਪੰਜਾਬ ਹਰਿਆਣਾ ਹਾਈ ਕੋਰਟ PN GK GS ਦੀ ਕਲਾਸ ਆਪਣੀ 14ਵੀਂ ਹੈ। ਇਸ ਵਿੱਚ ਆਪਾਂ ਜੋ ਟੌਪ 20 MCQs ਕਵਰ ਕਰ ਰਹੇ ਹਾਂ। ਵੀਡੀਓ ਦੇਖੀ ਤੱਕ ਬਣੇ ਰਹਿਣਾ। ਚੈਨਲ 'ਤੇ ਫਸਟ ਵਾਰ ਵਿਜ਼ਿਟ ਕੀਤਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਐਂਡ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਕੁਐਸਚਨ ਨੰਬਰ ਫਸਟ, ਪੰਚ ਮੰਦਰ ਪੰਜਾਬ ਵਿੱਚ ਕਿੱਥੇ ਸਥਿਤ ਹੈ? ਜਲੰਧਰ, ਪਟਿਆਲਾ, ਲੁਧਿਆਣਾ, ਕਪੂਰਥਲਾ। ਰਾਈਟ ਆਂਸਰ ਹੈ ਕਪੂਰਥਲਾ। ਪੰਚ ਮੰਦਰ ਜੋ ਪੰਜਾਬ ਦੇ ਕਪੂਰਥਲਾ ਸ਼ਹਿਰ ਵਿੱਚ ਸਥਿਤ ਹੈ, ਇਹ ਛੋਟੇ ਛੋਟੇ ਪੰਜ ਮੰਦਰਾਂ ਦਾ ਸੰਗ੍ਰਹਿ ਹੈ, ਜਿਸ ਕਰਕੇ ਇਸ ਨੂੰ ਜੋ ਪੰਚ ਮੰਦਰ ਕਿਹਾ ਜਾਂਦਾ ਹੈ। ਇਹ ਜੋ ਬਣਵਾਇਆ ਗਿਆ ਸੀਗਾ ਕਪੂਰਥਲੇ ਦੇ ਮਹਾਰਾਜਾ ਫਤਿਹ ਸਿੰਘ ਆਲੂਵਾਲੀਆ ਦੁਆਰਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਕਿੱਥੇ ਸਥਿਤ ਹੈ? ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਪਟਿਆਲਾ, ਚੰਡੀਗੜ੍ਹ। ਰਾਈਟ ਆਂਸਰ ਹੈ ਫਤਿਹਗੜ੍ਹ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਜੋ ਫਤਿਹਗੜ੍ਹ ਸਾਹਿਬ ਵਿੱਚ ਸਥਿਤ ਹੈ। ਇਹਨਾਂ ਵਿੱਚੋਂ ਕਿਹੜਾ ਜ਼ਿਲ੍ਹਾ ਮਾਲਵੇ ਖੇਤਰ ਵਿੱਚ ਨਹੀਂ ਆਉਂਦਾ? ਪਟਿਆਲਾ, ਸੰਗਰੂਰ, ਕਪੂਰਥਲਾ, ਫਰੀਦਕੋਟ। ਰਾਈਟ ਆਂਸਰ ਹੈ ਕਪੂਰਥਲਾ। ਕਪੂਰਥਲਾ ਕਿਉਂਕਿ ਦੁਆਬੇ ਵਿੱਚ ਆਉਂਦਾ ਹੈ। ਇਸ ਤਰ੍ਹਾਂ ਦੁਆਬੇ ਵਿੱਚ ਜੋ ਚਾਰ ਜ਼ਿਲ੍ਹੇ ਆਉਂਦੇ ਨੇ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ। ਭਾਈ ਜੇਠਾ ਕਿਸ ਗੁਰੂ ਸਾਹਿਬ ਦਾ ਮੁੱਢਲਾ ਨਾਮ ਸੀ? ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ। ਰਾਈਟ ਆਂਸਰ ਹੈ ਸ੍ਰੀ ਗੁਰੂ ਰਾਮਦਾਸ ਜੀ। ਚੌਥੇ ਸਿੱਖ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਜੋ ਮੁੱਢਲਾ ਨਾਮ ਸੀ, ਭਾਈ ਜੇਠਾ ਜੀ। ਹਿੰਦ ਦੀ ਚਾਦਰ ਦੇ ਨਾਮ ਨਾਲ ਕਿਹੜੇ ਗੁਰੂ ਸਾਹਿਬ ਨੂੰ ਜਾਣਿਆ ਜਾਂਦਾ ਹੈ? ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਹਰਗੋਬਿੰਦ ਜੀ। ਰਾਈਟ ਆਂਸਰ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਭਾਰਤ ਦਾ ਰਾਸ਼ਟਰੀ ਝੰਡਾ ਕਦੋਂ ਅਪਣਾਇਆ ਗਿਆ ਸੀ? 22 ਜੁਲਾਈ 1947, 15 ਅਗਸਤ 1947, 26 ਜਨਵਰੀ 1950 ਜਾਂ 26 ਨਵੰਬਰ 1949। ਰਾਈਟ ਆਂਸਰ ਹੈ 22 ਜੁਲਾਈ 1947। ਠੀਕ ਹੈ, ਇਸ ਦਿਨ ਜੋ ਸੰਵਿਧਾਨ ਸਭਾ ਦੀ ਮੀਟਿੰਗ ਹੋਈ ਸੀ ਤਾਂ ਇਸ ਦਿਨ ਹੀ ਜੋ ਰਾਸ਼ਟਰੀ ਝੰਡਾ ਅਪਣਾਇਆ ਗਿਆ। ਰਾਸ਼ਟਰਪਤੀ ਆਪਣਾ ਅਸਤੀਫਾ ਕਿਸ ਨੂੰ ਦਿੰਦਾ ਹੈ? ਉਪ ਰਾਸ਼ਟਰਪਤੀ, ਚੀਫ ਜਸਟਿਸ, ਪ੍ਰਧਾਨ ਮੰਤਰੀ ਜਾਂ ਸਪੀਕਰ। ਰਾਈਟ ਆਂਸਰ ਹੈ ਉਪ ਰਾਸ਼ਟਰਪਤੀ। ਠੀਕ ਹੈ, ਰਾਸ਼ਟਰਪਤੀ ਆਪਣਾ ਜੋ ਅਸਤੀਫਾ ਉਪ ਰਾਸ਼ਟਰਪਤੀ ਨੂੰ ਦਿੰਦਾ ਹੈ। ਫੈਥੋਮੀਟਰ ਕਿਸ ਲਈ ਵਰਤਿਆ ਜਾਂਦਾ ਹੈ? ਭੂਚਾਲ ਦੀ ਤੀਬਰਤਾ, ਸਮੁੰਦਰ ਦੀ ਡੂੰਘਾਈ, ਆਵਾਜ਼ ਦੀ ਤੀਬਰਤਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਰਾਈਟ ਆਂਸਰ ਹੈ ਸਮੁੰਦਰ ਦੀ ਡੂੰਘਾਈ। ਠੀਕ ਹੈ ਜੀ, ਸਮੁੰਦਰ ਦੀ ਡੂੰਘਾਈ ਮਾਪਣ ਲਈ ਜੋ ਫੈਥੋਮੀਟਰ ਵਰਤਿਆ ਜਾਂਦਾ ਹੈ। ਪੰਜਾਬ ਵਿੱਚ ਰੇਲ ਕੋਚ ਫੈਕਟਰੀ ਕਿੱਥੇ ਸਥਿਤ ਹੈ? ਜਲੰਧਰ, ਪਟਿਆਲਾ, ਲੁਧਿਆਣਾ, ਕਪੂਰਥਲਾ। ਰਾਈਟ ਆਂਸਰ ਹੈ ਕਪੂਰਥਲਾ।
ਪੰਜਾਬ ਵਿੱਚ ਜੋ ਰੇਲ ਕੋਚ ਫੈਕਟਰੀ ਹੈਗੀ ਆ ਕਪੂਰਥਲਾ ਵਿਖੇ, ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਕਿੱਥੇ ਸਥਿਤ ਹੈ? ਮੁੰਬਈ, ਕਲਕੱਤਾ, ਨਵੀਂ ਦਿੱਲੀ, ਇੰਦੌਰ। ਰਾਈਟ ਆਂਸਰ ਹੈ ਨਵੀਂ ਦਿੱਲੀ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਜੋ ਨਵੀਂ ਦਿੱਲੀ ਵਿਖੇ ਸਥਿਤ ਹੈ। ਪੰਜਾਬ ਵਿੱਚ ਸਭ ਤੋਂ ਵੱਡਾ ਹੌਜ਼ਰੀ ਉਦਯੋਗ ਕਿੱਥੇ ਸਥਿਤ ਹੈ? ਜਲੰਧਰ, ਲੁਧਿਆਣਾ, ਕਪੂਰਥਲਾ, ਪਟਿਆਲਾ। ਰਾਈਟ ਆਂਸਰ ਹੈ ਲੁਧਿਆਣਾ। ਠੀਕ ਹੈ ਜੀ। ਐਂਡ ਪੰਜਾਬ ਦਾ ਸਭ ਤੋਂ ਵੱਡਾ ਉਦਯੋਗਿਕ ਸ਼ਹਿਰ ਹੀ ਜੋ ਲੁਧਿਆਣਾ ਹੈ। 40 ਮੁਕਤੇ ਕਿਹੜੀ ਲੜਾਈ ਵਿੱਚ ਸ਼ਹੀਦ ਹੋਏ? ਚਮਕੌਰ ਸਾਹਿਬ ਦੀ ਲੜਾਈ, ਅਨੰਦਪੁਰ ਸਾਹਿਬ ਦੀ ਲੜਾਈ, ਖਦਰਾਣੇ ਦੀ ਲੜਾਈ, ਪੰਗਾਣੀ ਦੀ ਲੜਾਈ। ਰਾਈਟ ਆਂਸਰ ਹੈ ਖਦਰਾਣੇ ਦੀ ਲੜਾਈ। ਠੀਕ ਹੈ ਜੀ। ਇਹ 40 ਮੁਕਤੇ ਉਹ ਸਨ ਜੋ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਜੀ ਦਾ ਸਾਥ ਛੱਡ ਗਏ ਸਨ, ਬਟ ਖਦਰਾਣੇ ਦੀ ਲੜਾਈ ਵਿੱਚ ਆ ਕੇ ਗੁਰੂ ਜੀ ਦਾ ਸਾਥ ਦਿੱਤਾ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਜਿਸ ਕਰਕੇ ਜੋ ਖਦਰਾਣੇ ਦਾ ਨਾਮ ਮੁਕਤਸਰ ਸਾਹਿਬ ਪੈ ਗਿਆ ਸੀ। ਚਾਰ ਮੀਨਾਰ ਕਿੱਥੇ ਸਥਿਤ ਹੈ? ਨਵੀਂ ਦਿੱਲੀ, ਆਗਰਾ, ਕੇਰਲ, ਹੈਦਰਾਬਾਦ। ਰਾਈਟ ਆਂਸਰ ਹੈ ਹੈਦਰਾਬਾਦ। ਚਾਰ ਮੀਨਾਰ ਜੋ ਹੈਦਰਾਬਾਦ ਵਿੱਚ ਸਥਿਤ ਹੈ, ਜੋ ਕਿ ਬਣਾਈ ਗਈ ਸੀ ਸੁਲਤਾਨ ਮੁਹੰਮਦ ਕੁੱਲੀ ਕੁਤਬ ਸ਼ਾਹ ਦੁਆਰਾ। ਹਰਿਆਣਾ ਰਾਜ ਕਦੋਂ ਹੋਦ ਵਿੱਚ ਆਇਆ? 15 ਅਗਸਤ 1947, 1 ਨਵੰਬਰ 1966, 26 ਜਨਵਰੀ 1950 ਜਾਂ 15 ਅਗਸਤ 1966। ਰਾਈਟ ਆਂਸਰ ਹੈ 1 ਨਵੰਬਰ 1966। ਠੀਕ ਹੈ। 1 ਨਵੰਬਰ 1966 ਨੂੰ ਜੋ ਭਾਸ਼ਾ ਦੇ ਆਧਾਰ 'ਤੇ ਪੰਜਾਬ ਵਿੱਚੋਂ ਜੋ ਹਰਿਆਣਾ ਅਲੱਗ ਕਰ ਦਿੱਤਾ ਗਿਆ ਸੀ, ਇਸ ਤਰ੍ਹਾਂ ਜੋ 1 ਨਵੰਬਰ 1966 ਨੂੰ ਜੋ ਹਰਿਆਣਾ ਹੋਂਦ ਵਿੱਚ ਆਇਆ ਸੀ, ਇਸੇ ਤਰ੍ਹਾਂ ਜੋ ਨਵਾਂ ਪੰਜਾਬ ਵੀ 1 ਨਵੰਬਰ 1966 ਨੂੰ ਬਣਿਆ। ਪੰਜਾਬ ਯੂਨੀਵਰਸਿਟੀ ਕਿੱਥੇ ਸਥਿਤ ਹੈ? ਪਟਿਆਲਾ, ਚੰਡੀਗੜ੍ਹ, ਜਲੰਧਰ, ਬਠਿੰਡਾ। ਰਾਈਟ ਆਂਸਰ ਹੈ ਚੰਡੀਗੜ੍ਹ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸਥਿਤ ਹੈ। ਜੇਕਰ ਪੰਜਾਬੀ ਯੂਨੀਵਰਸਿਟੀ ਪੁੱਛਿਆ ਜਾਵੇ ਤਾਂ ਉਹ ਪਟਿਆਲਾ ਵਿਖੇ ਸਥਿਤ ਹੈ। ਬਲਬ ਦੀ ਖੋਜ ਕਿਸ ਦੁਆਰਾ ਕੀਤੀ ਗਈ? ਥਾਮਸ ਐਡੀਸਨ, ਨਿਊਟਨ, ਗੈਲੀਲੀਓ, ਇਹਨਾਂ ਵਿੱਚੋਂ ਕੋਈ ਨਹੀਂ। ਰਾਈਟ ਆਂਸਰ ਹੈ ਥਾਮਸ ਐਡੀਸਨ। ਠੀਕ ਹੈ। ਥਾਮਸ ਐਡੀਸਨ ਦੁਆਰਾ 1879 ਈਸਵੀ ਨੂੰ ਜੋ ਬਲਬ ਦੀ ਖੋਜ ਕੀਤੀ ਗਈ। ਭਾਰਤ ਵਿੱਚ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਕਿਹੜਾ ਹੈ? ਉੱਤਰ ਪ੍ਰਦੇਸ਼, ਸਿੱਕਮ, ਕੇਰਲ, ਗੋਆ। ਰਾਈਟ ਆਂਸਰ ਹੈ ਸਿੱਕਮ। ਠੀਕ ਹੈ ਜੀ। ਭਾਰਤ ਵਿੱਚ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਹੈਗਾ ਸਿੱਕਮ। ਵਿਸ਼ਵ ਜਨਸੰਖਿਆ ਦਿਵਸ ਕਦੋਂ ਮਨਾਇਆ ਜਾਂਦਾ ਹੈ? 10 ਜੁਲਾਈ, 11 ਜੁਲਾਈ, 12 ਜੁਲਾਈ, 13 ਜੁਲਾਈ। ਰਾਈਟ ਆਂਸਰ ਹੈ 11 ਜੁਲਾਈ। ਵਿਸ਼ਵ ਜਨਸੰਖਿਆ ਦਿਵਸ ਜੋ 11 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਜੋ ਇੰਪੋਰਟੈਂਟ ਡੇ ਰਹਿਣਗੇ ਐਂਡ ਰਾਜਧਾਨੀਆਂ, ਇਹਨਾਂ ਨੂੰ ਯਾਦ ਜ਼ਰੂਰ ਕਰ ਲੈਣਾ, ਕਿਉਂਕਿ ਇਹਨਾਂ ਵਿੱਚੋਂ 2-3 ਕੁਐਸਚਨ ਤੁਹਾਨੂੰ ਜ਼ਰੂਰ ਬਣਨਗੇ। ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਜਿਸ ਨੂੰ ਮਰਨ ਉਪਰੰਤ ਪਦਮ ਭੂਸ਼ਣ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ? ਰੰਜਨਾ ਦੇਸਾਈ, ਫਾਤਿਮਾ ਬੀਬੀ, ਇੰਦੂ ਮਲਹੋਤਰਾ, ਇੰਦਰਾ ਬੈਨਰਜੀ।
ਰਾਈਟ ਆਂਸਰ ਹੈ ਫਾਤਮਾ ਬੀਬੀ। ਠੀਕ ਹੈ ਜੀ, ਇਹਨਾਂ ਦਾ ਜੋ ਦਿਹਾਂਤ ਹੋਇਆ ਸੀ ਨਵੰਬਰ 2023 ਵਿੱਚ, ਤਾਂ ਤੁਸੀਂ ਯਾਦ ਰੱਖ ਲੈਣਾ ਜੋ ਪਹਿਲੀ ਮਹਿਲਾ ਜੋ ਜੱਜ ਬਣੀ ਹੈ ਸੁਪਰੀਮ ਕੋਰਟ ਦੀ, ਫਾਤਮਾ ਬੀਬੀ। ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਕਿੰਨਵੇਂ ਗੁਰੂ ਹਨ? ਦੂਜੇ, ਤੀਜੇ, ਚੌਥੇ, ਪੰਜਵੇਂ? ਰਾਈਟ ਆਂਸਰ ਹੈ ਪੰਜਵੇਂ। ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪੰਜਵੇਂ ਗੁਰੂ ਹਨ। ਇਸ ਤਰ੍ਹਾਂ ਅੱਜ ਦੀ ਜੋ ਆਪਣੀ ਕਲਾਸ ਸਮਾਪਤ ਹੋਈ। ਕਲਾਸ ਵਧੀਆ ਲੱਗੀ ਆ, ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।